ਤੁਹਾਡਾ ਵਾਸਤੇ ਹੱਕ ਨਹੀਂ ਬਣਦਾ ਲੋਕਾਂ ਦਾ ਨਾਨਕ ਧਾਮ 'ਚ ਆਵਣ ਦਾ। ਤੁਸੀਂ ਸਿਰਫ ਆਪਣਾ ਟਾਈਮ ਖਰਾਬ ਕਰ ਰਹੇ ਹੋ, ਸਿਰਫ ਟਾਈਮ। ਹਰ ਸੱਸ ਜਿਹੀ ਲਫਜ਼ ਕੇ ਨੇ ਆਪਣੇ ਜਾਓ ਵਾਪਸ ਕਰਨ, ਮੁੜ ਜਾਓ, ਛੱਡ ਜਾਓ। ਤੁਸੀਂ ਸਾਡੇ ਦੱਸੇ ਹੋਏ ਰਸਤਿਆਂ 'ਤੇ ਨਹੀਂ ਚੱਲ ਸਕੋਗੇ, ਉਹਨਾਂ ਚੱਲੋਗੇ ਅਤੇ ਨਾ ਸਾਡੇ ਨੂੰ ਚਲਾਉਣਾ। ਕਿਉਂ ਕਿ ਤੁਹਾਨੂੰ ਲੋੜ ਆ, ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਤੁਹਾਨੂੰ ਲੋੜ ਹੈ ਰੱਬ ਦੀ, ਸਾਨੂੰ ਰੱਬ ਦੀ ਵੀ ਲੋੜ ਨਹੀਂ, ਕਿਉਂਕਿ ਅਸੀਂ ਰੱਬ ਦੇ ਬੰਦੇ ਬਣ ਚੁੱਕੇ ਹਾਂ, ਅਸੀਂ ਰੱਬ ਨਹੀਂ ਹਾਂ, ਅਸੀਂ ਗਿਆਨ ਦੇ ਰਾਹੀ ਨਹੀਂ ਹਾਂ। ਬਾਹਰਲੀਆਂ ਕਹਾਣੀਆਂ, ਸਾਖੀਆਂ, ਵਾਰਦਾਤਾਂ ਸੁਣਾ ਕੇ ਤੁਹਾਨੂੰ ਤੁਹਾਡੇ ਕੋਲ ਮੱਥੇ ਟਿਕਾ ਕੇ ਚੜਾਵੇ ਨਹੀਂ ਖਾਣੇ, ਕਿਸੇ ਚੀਜ਼ ਨੂੰ ਇਕੱਠਾ ਨਹੀਂ ਕਰਨਾ ਸਾਨੇ। ਜੇ ਤੁਸੀਂ ਚਾਹੁੰਦੇ ਹੋ ਤਾਂ ਸਿਰਫ ਇੱਕ ਦੀਵਾ ਜਗਾਉਣ ਵਾਸਤੇ ਆਓ, ਆਪ ਜਗੋ ਔਰ ਦੂਸਰਿਆਂ ਰੋਸ਼ਨੀ ਦਿਓ। ਇਹ ਹੈ ਦੀਰੇ ਦੀ ਵਫਾਦਾਰੀ। ਕਹਿੰਦੇ ਦੀਵੇ ਥੱਲੇ ਹਨੇਰਾ ਹੈ, ਉਹਦੀ ਵਫਾਦਾਰੀ ਵੇਖੋ, ਆਪ ਹਨੇਰਾ ਦੂਸਰਿਆਂ ਚਾਨਣ ਦਿੰਦਾ।